ਸਾਡੇ ਪੰਜਾਬ ਦੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਇਹ ਤੇਜ਼ ਹਵਾ ਹੈ, ਇਸ ਨੂੰ ਤੁਹਾਡੇ ਵਰਗੇ ਉਹਨਾਂ ਵਰਗੇ ਲੀਡਰ ਹੀ ਅੱਗੇ ਲਿਜਾ ਸਕਦੇ ਨੇ। ਹੁਣ ਮੈਂ 2 ਮਿੰਟ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਕਿ ਸਟੇਜ 'ਤੇ ਸਾਹਿਬ ਸੁਖਦੇਵ ਸਿੰਘ ਢਿੱਲੋਂ ਬੈਠੇ ਨੇ, ਉਹਨਾਂ ਦੇ ਪਰਿਵਾਰ ਦੇ ਮੈਂਬਰ ਬੈਠੇ ਨੇ, ਭਾਈ ਸਾਹਿਬ ਕਾਹਨ ਸਿੰਘ ਨਾਭਾ ਬਾਰੇ ਪ੍ਰਿੰਸੀਪਲ ਸਾਹਿਬ ਨੇ ਹੁਣੇ ਹੀ ਜ਼ਿਕਰ ਕੀਤਾ, ਪਹਿਲਾਂ ਸਟੇਜ ਸਕੱਤਰ ਸਾਹਿਬ ਨੇ ਵੀ ਕੀਤਾ। ਜੋ ਭਾਈ ਕਾਹਨ ਸਿੰਘ ਨਾਭਾ ਨੇ ਸਿੱਖ ਕੌਮ ਲਈ ਮਾਡਰਨ ਏਜ 'ਚ 19ਵੀਂ ਸਦੀ 'ਚ ਖਾਸ ਕਰਕੇ ਔਰ ਮਾਡਰਨ ਮਾਇੰਡ ਲਈ ਜੋ ਸਿੱਖ ਸਿਧਾਂਤਾਂ, ਗੁਰਮਤ ਦੀ ਵਿਆਖਿਆ, ਗੁਰਬਾਣੀ ਦੀ ਸਮਝ, ਗੁਰਬਾਣੀ ਦਾ ਕੋਸ਼, ਉਹਦੇ ਲਈ ਜੋ ਨਿੱਗਰ ਕੰਮ ਭਾਈ ਕਾਹਨ ਸਿੰਘ ਨਾਭਾ ਨੇ ਕੀਤਾ, ਉਹ ਪਹਿਲਾਂ ਇਸ ਤਰ੍ਹਾਂ ਸਾਇੰਟੀਫਿਕਲੀ ਨਹੀਂ ਹੋਇਆ। ਔਰ ਇੱਕ ਬਹੁਤ ਯੂਨੀਕ ਸੇਵਾ ਜਿਸ 'ਤੇ ਅਸੀਂ ਬਹੁਤ ਦੇਰ ਤੋਂ ਅੱਖਾਂ ਮੀਚੀਆਂ ਹੋਈਆਂ ਨੇ। ਮੈਂ ਸਮਝਦਾ ਹਾਂ ਕਿ ਜਿੰਨੀਆਂ ਪੁਸਤਕਾਂ ਜਾਂ ਐਨਸਾਈਕਲੋਪੀਡੀਆ ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਮਹਾਨ ਕੋਸ਼, ਉਹਦੇ 'ਤੇ ਹੁਣ ਪੰਜਾਬੀ ਯੂਨੀਵਰਸਿਟੀ ਕੰਮ ਕਰਵਾ ਰਹੀ ਹੈ, ਮੈਨੂੰ ਗੋਪਾਲ ਰਾਜ ਸਾਹਿਬ ਬੈਠੇ ਨੇ, ਲੇਕਿਨ ਉਹਨਾਂ ਨੇ ਸਿੰਗਲ ਹੈਂਡਡ ਜੋ ਕੰਮ ਕੀਤਾ ਉਹਦੇ ਸਰਪ੍ਰਸਤੀ ਮਹਾਰਾਜਾ ਨਾਭਾ ਦੀ ਜਾਂ ਮਹਾਰਾਜਾ ਪਟਿਆਲਾ ਦੀ ਜਾਂ ਹੋਰ ਅੱਛੇ ਅੱਛੇ ਜਿਹੜੇ ਵੀ ਉਸ ਵੇਲੇ ਦੇ ਸਿੱਖ ਰਾਇਲ ਫੈਮਿਲੀ ਦੇ ਲੋਕ ਸਨ, ਉਹਨਾਂ ਨੇ ਮਦਦ ਕੀਤੀ, ਪਰ ਉਹਨਾਂ ਦਾ ਆਪਣਾ ਉੱਦਮ ਬਹੁਤ ਜ਼ਿਆਦਾ ਸੀ। ਉਹਦੇ ਉੱਤੇ ਅੱਜ ਤੱਕ ਕੋਈ ਸੈਮੀਨਾਰ ਨਹੀਂ ਹੋਇਆ, ਇੰਨਾ ਅਰਸਾ ਹੋ ਗਿਆ। ਹਿੰਦੁਸਤਾਨ ਆਜ਼ਾਦ ਹੈ, ਲੈਂਗੁਏਜ ਡਿਪਾਰਟਮੈਂਟ ਬਣ ਗਿਆ, ਪੰਜਾਬੀ ਲਾਗੂ ਹੋ ਗਈ, ਪੰਜਾਬੀ ਸੂਬਾ ਵੀ ਹੋ ਗਿਆ, ਲੇਕਿਨ ਜੋ ਕੰਮ ਇਹਨਾਂ ਲੋਕਾਂ ਨੇ ਕੀਤੇ ਸੀ ਉਹ ਇੱਕ ਕਾਲਜ ਨਹੀਂ ਕਰ ਸਕਦਾ, ਉਹ ਯੂਨੀਵਰਸਿਟੀਆਂ ਕਰ ਸਕਦੀਆਂ। ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੀਆਂ ਨੇ ਇਹ ਜਿੰਨੀਆਂ ਅੱਛੀਆਂ ਹੋਣਗੀਆਂ ਓਨਾ ਹੀ ਇਹ ਸਾਡੀ ਕਮਿਊਨਿਟੀ ਦਾ ਇੱਕ ਪ੍ਰਭਾਵ ਜਾਂਦਾ। ਹੋਰ ਕੁਛ ਹੋਵੇ ਨਾ ਹੋਵੇ, ਅਸੀਂ ਆਉਣ ਵਾਲੇ ਸਾਲਾਂ 'ਚ ਘੱਟੋ ਘੱਟ 1 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਭਾਈ ਕਾਹਨ ਸਿੰਘ ਨਾਭਾ ਗੁਰਮਤ ਸਟੱਡੀ ਦਾ ਇੱਕ ਬਹੁਤ ਵੱਡਾ ਸੈਂਟਰ ਐਸਟੈਬਲਿਸ਼ ਕਰਾਂਗੇ। ਸਿੱਖ ਰਿਲੀਜਨ ਐਂਡ ਗੁਰਮਤ ਜਿਹੜੀ ਸਟੱਡੀ ਹੈ, ਹਿਸਟੋਰੀਕਲ ਸਟੱਡੀ ਹੈ, ਉਹਦਾ ਇੱਕ ਸੈਂਟਰ ਕਾਇਮ ਕਰਾਂਗੇ ਤਾਂ ਕਿ ਸਾਡੇ ਸਕੋਲਰ, ਸਾਡੇ ਵਿਦਿਆਰਥੀ, ਸਾਡੇ ਵਿਦਵਾਨ, ਜਿਹੜੀ ਸਾਡੇ ਕੋਲ ਇੱਕ ਲਾਮਿਸਾਲ ਖਜ਼ਾਨਾ ਹੈ, ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਪਿਓ ਦਾਦੇ ਕਾ ਖੋਹ ਡਿੱਠਾ ਖਜ਼ਾਨਾ ਤੋਂ ਮੇਰੇ ਮਨ ਪਿਆ ਨਦਾਨਾ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ। ਇਹ ਚੀਜ਼ਾਂ ਦੇ ਉੱਤੇ ਅਸੀਂ ਜ਼ਿਆਦਾ ਦੇਰ ਨਜ਼ਰ ਬੰਦ ਕਰਕੇ ਨਹੀਂ ਰੱਖ ਸਕਦੇ। ਤੋ ਮੈਂ ਅੱਜ ਤੁਹਾਤੋਂ ਪ੍ਰੇਰਨਾ ਲੈ ਰਿਹਾ ਕਿ ਤੁਸੀਂ ਐਡੀ ਦੂਰੋਂ ਆਪਣੇ ਕੀਮਤੀ ਰੁਝੇਵੇਂ, ਮੈਨੂੰ ਪਤਾ ਦੇਸ਼ ਦੇ ਵਿੱਚ ਕੀ ਹੋ ਰਿਹਾ, ਔਰ ਤੁਹਾਡਾ ਤਾਮਿਲਨਾਡੂ ਤੋਂ ਚੱਲ ਕੇ ਇੱਥੇ ਆਉਣਾ ਸਾਨੂੰ ਇੰਸਪਾਇਰ ਕਰਨਾ। ਮੈਂ ਗੋਪਾਲ ਰਾਜ ਸਾਹਿਬ ਦਾ ਮਸ਼ਕੂਰ ਹੈ ਕਿ ਉਹ ਯੂਨੀਵਰਸਿਟੀ ਤੋਂ ਆਏ ਇੱਥੇ। ਮੈਂ ਭਾਈ ਸਾਹਿਬ ਨਾਭਾ ਦੇ ਪਰਿਵਾਰ, ਢਿੱਲੋਂ ਸਾਹਿਬ, ਅਜੇ ਪਾਲ ਸਿੰਘ ਹੋਰ ਸਾਰਿਆਂ ਦਾ ਜਿਹੜੀ ਸਵਾਗਤ ਸੈਂਟੀ ਵੱਲੋਂ, ਸਿੱਖ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਰਦਾਰ ਗੁਰਦੇਵ ਸਿੰਘ ਬਰਾੜ ਪ੍ਰਧਾਨ ਅਤੇ ਸਰਦਾਰ ਭਰਪੂਰ ਸਿੰਘ ਜੀ ਬੁੱਕੇ ਦੇ ਕੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਰਸਮੀ ਤੌਰ ਤੇ ਇੱਕ ਵਾਰ ਫਿਰ ਵੈਲਕਮ ਕਰ। ਦੂਜਾ ਬੁੱਕੇ ਸਰਦਾਰ ਭਰਪੂਰ ਸਿੰਘ ਜੀ ਅੱਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਸਵਰਨ ਸਿੰਘ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਨਾਂ ਨੂੰ ਭੇਟ ਕਰ ਰਹੇ ਨੇ। ਜਿਵੇਂ ਮੈਂ ਪਹਿਲਾਂ ਦੱਸਿਆ, ਕਿਉਂਕਿ ਇਸ ਸਮਾਗਮ ਦੇ ਵਿੱਚ ਭਾਈ ਸਾਹਿਬ ਦੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ, ਸੋ ਭਾਈ ਸਾਹਿਬ ਦੇ ਪਰਿਵਾਰ ਵੱਲੋਂ ਮੇਜਰ ਆਦਰਸ਼ਪਾਲ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਢਿੱਲੋਂ ਬੁੱਕੇ ਭੇਟ ਕਰਨਗੇ ਅੱਜ ਦੇ ਮੁੱਖ ਮਹਿਮਾਨ ਮਾਣਯੋਗ ਸਰਦਾਰ ਸੁਰਜੀਤ ਸਿੰਘ ਬਰਨਾਲਾ ਜੀ ਨੂੰ। ਅਤੇ ਅੱਜ ਦੇ ਸਾਡੇ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਸਵਰਨ ਸਿੰਘ ਗੋਪਾਲ ਰਾਏ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭਾਈ ਸਾਹਿਬ ਦੇ ਪਰਿਵਾਰ ਵੱਲੋਂ ਸਵਾਗਤ ਵਿੱਚ ਬੁੱਕੇ ਭੇਟ ਕੀਤਾ ਜਾ ਰਿਹਾ ਹੈ। ਧੰਨਵਾਦ ਢਿੱਲੋਂ ਸਾਹਿਬ, ਪ੍ਰਧਾਨ ਸਾਹਿਬ ਤੇ ਸਕੱਤਰ ਸਾਹਿਬ। ਹੁਣ ਬੇਨਤੀ ਹੈ ਡਾਕਟਰ ਜਗੀਰ ਸਿੰਘ ਹੋਰਾਂ ਨੂੰ ਕਿ ਇੱਕ ਸ਼ਬਦ ਸੰਗਤਾਂ ਨੂੰ ਸਰਵਣ ਕਰਾਉਣ। ਹਰ ਜਨ ਕੈ ਹੋ ਬਲ ਜਾਏ,
मेरे राम हर जन के हो बल जाए कैसा का कर चवर टुला चरण तूर मुख लाए मेरे राम हर जन के हो बल जाए मेरे राम हर जन के हो बल जाए भाग ठड़े हर संत तुम्हारे जिन कर तन हर नाम परवान गणी सही आए सफल तिना के काम मेरे राम हर जन के हो बल जाए कैसा का कर चवर टुलावा चरण धूल मुख लाए मेरे राम हर जन के हो बल जाए जन्म मरण दोहु मैं नाई जन पर उपकारी आए जी दान दे भक्ति लायन हर सेओ लैन मिलाए हर सियो लैन मिलाए मेरे राम हर जन के हो बल जाए कैसा का कर चवर टुलावा चरण धूड़ मुख लाए